ਜਾਖੜ ਸਾਹਿਬ ਤੁਸੀਂ ਮਿਲ ਕੇ ਆਏ ਹੋ, ਪਹਿਲਾਂ ਤਾਂ ਇਹ ਸਮਝਣਾ ਚਾਹਾਂਗੇ ਹਾਲਤ ਕਿਵੇਂ ਹੈ, ਕੀ ਕੰਡੀਸ਼ਨ? ਦੇਖੋ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਕੱਲ ਵਾਪਰੀ ਸੀ। ਮੈਂ ਤਾਂ ਆਹ ਵੀ ਦੇਖ ਕੇ ਅੱਜ ਵਾਹਿਗੁਰੂ ਦੀ ਮਿਹਰ ਮੈਂ ਸਮਝਦਾ ਵੀ ਅੱਜ ਜਿਸ ਤਰ੍ਹਾਂ ਉਹ ਬਚ ਗਈ, ਜਾਨ ਬਚ ਗਈ, ਅੱਖ ਵੀ ਉਹਨਾਂ ਨੇ ਖੋਲੀ, ਮਾੜੀ ਜਿਹੀ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ, ਸਟੇਸ਼ਨ ਦੇ ਅੰਦਰ ਹੈ ਇਸ ਕਰਕੇ, ਪਰ ਜਾਨ ਬਚ ਗਈ। ਬਹੁਤ ਹੀ ਗੰਭੀਰ ਚੋਟਾਂ ਲੱਗੀਆਂ ਮੇਰੇ ਕੋਲ, ਦੋਨੋਂ ਹੱਥ ਜਿਹੜੇ ਹੈ ਪਤਾ ਨਹੀਂ ਕਿੰਨੇ ਮਲਟੀਪਲ ਫ੍ਰੈਕਚਰ ਉਹਦੇ ਵਿੱਚ ਹੈ, ਸਿਰ ਦੇ ਉੱਤੇ ਬਹੁਤ ਹੀ ਜਿਹੜੀ ਗਹਿਰੀ ਚੋਟ ਹੈ। ਸੋ ਹੋਪਫੁਲੀ ਹੀ ਰਿਕਵਰ, ਮੈਂ ਤਾਂ ਸਮਝਦਾ ਵਾਹਿਗੁਰੂ ਦੀ ਗਿਆ ਅਰਦਾਸ ਹੈ ਵੀ ਉਹ ਉਹਨਾਂ ਦੀ ਜਾਨ ਬਚੇ, ਬਾਕੀ ਸਾਰੀਆਂ ਗੱਲਾਂ ਬਾਅਦ 'ਚ ਦੇਖੀਆਂ ਜਾਣਗੀਆਂ, ਪਰ ਅੱਜ ਤਾਂ ਸਿਰਫ ਉਹਨਾਂ ਦੀ ਜਾਨ ਬਚਾਉਣ ਦੀ ਜਿਹੜਾ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਮੈਂ ਡਾਕਟਰਾਂ ਨੂੰ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਬੜਾ ਸੰਭਾਲ ਕੇ ਉਹਨਾਂ ਨੂੰ। ਦੂਜੀ ਚੀਜ਼ ਇਹ ਕਿ ਇਸ ਤਰ੍ਹਾਂ ਦੀ ਘਟਨਾ ਹੁੰਦੀ ਕਿਉਂ ਆ, ਕਿਉਂ ਹਿੰਦੂ ਹਿੰਦੂ ਸਿੱਖ ਵਾਲੀ ਨਫ਼ਰਤ ਕਿਉਂ ਪੈਦਾ ਹੋ ਰਹੀ ਹੈ? ਹਿੰਦੂ ਸਿੱਖ ਦੇ ਵਿੱਚ ਅਸੀਂ ਜੇ ਜਿੱਥੇ ਵੀ ਘੁੰਮਦੇ ਹਾਂ ਕੋਈ ਦਰਾਰ ਨਿੱਜੀ ਤੌਰ ਤੇ ਨਹੀਂ ਲੱਗਦੀ, ਪਰ ਏਦਾਂ ਦੀ ਘਟਨਾ ਕਿਉਂ ਵਾਪਰਦੀ? ਨਫ਼ਰਤ ਦੇ ਬੀਜ ਬੋਏ ਜਾ ਰਹੇ ਸਰ ਪੰਜਾਬ ਦੇ ਅੰਦਰ, ਪਹਿਲਾਂ ਤਾਂ ਇੱਕ ਪੋਲਿਊਸ਼ਨ ਜਿਹੜੀ ਸੀ ਧੂਏ ਦੀ ਸੀ, ਹੁਣ ਧੂਏ ਤੋਂ ਵੀ ਅੱਗੇ ਜਿਹੜੀ ਹੈ ਨਫ਼ਰਤ ਦੇ ਬੀਜ ਬੋਏ ਜਾ ਰਹੇ ਆ। ਦੂਜੀ ਗੱਲ ਹੈ ਜਿੱਥੇ ਵਾਇਲੈਂਸ ਨੂੰ ਚਾਹੇ ਕੋਈ ਥੱਪੜ ਮਾਰਦਾ, ਚਾਹੇ ਕੋਈ ਤਲਵਾਰ ਮਾਰਦਾ, ਚਾਹੇ ਗੋਲੀ ਮਾਰਦਾ, ਉਹਨੂੰ ਇੱਕ ਹੀਰੋ ਵਰਸ਼ਿਪ ਬਣਾ ਕੇ ਵੀ ਬਹੁਤ ਵੱਡਾ ਹਮਲਾ ਮਾਰਿਆ, ਉਸ ਨੂੰ ਜਦੋਂ ਬੈਨਿਊ ਗਲੋਰੀਫਾਈ ਵਾਇਲੈਂਸ ਆ ਕਿਸੇ ਵੀ ਰੂਪ ਦੇ ਅੰਦਰ ਵਾਇਲੈਂਸ ਜਿਹੜੀ ਹੈ ਉਹਨੂੰ ਜੇ ਕਰੋਗੇ ਉਹਦਾ ਫਿਰ ਜਾਂ ਨਫ਼ਰਤ ਬੀਜੋਗੇ ਤੇ ਨਫ਼ਰਤ ਦਾ ਸਿੱਟਾ ਉਹੀ ਫਸਲ ਕੱਟੋਗੇ ਸਰ। ਜਗਤ ਕਹਿੰਦੇ ਨੇ ਕਿ ਕਈ ਵਾਰ ਛੋਟੀ ਛੋਟੀ ਗੱਲ ਤੋਂ ਕਿਤੇ ਨਾ ਕਿਤੇ ਇਦਾਂ ਦੇ ਬਿਆਨ ਵੀ ਸਾਹਮਣੇ ਆ ਜਾਂਦੇ ਆ, ਨਹੀਂ ਲੱਗਦਾ ਕਿ ਹਰ ਚੀਜ਼ ਤੇ ਮੋਨੀਟਰਿੰਗ ਦੀ ਜ਼ਰੂਰਤ ਹੈ ਕਿ ਕਿਸੇ ਕਿਸਮ ਦੀ ਨਫ਼ਰਤ ਵਾਲੀ ਗੱਲ ਹੋਵੇ ਹੀ ਨਾ, ਉੱਥੋਂ ਸ਼ੁਰੂ ਹੋਈ ਗੱਲ ਹੈ ਜਿਹੜੀ ਉਹ ਹਮਲਿਆਂ ਤੱਕ ਚਲੀ ਜਾਂਦੀ ਹੈ, ਆਪਸੀ ਭਾਈਚਾਰੇ ਦੇ ਵਿੱਚ ਸਾਂਝ ਨੂੰ ਬੜੀ ਵੱਡੀ ਇੱਕ ਤਰ੍ਹਾਂ ਦਾ ਖਤਰਾ ਪੈਦਾ ਹੋ ਜਾਂਦਾ। ਮੈਂ ਕਿਹਾ ਜੀ ਇਕੱਲੇ ਸਰਕਾਰ ਦੀ ਨਹੀਂ ਸਮਾਜ ਦੀ ਵੀ ਇਹਦੇ ਵਿੱਚ ਜ਼ਿੰਮੇਵਾਰੀ ਹੈ ਸਰ, ਇਹਨਾਂ ਲੋਕਾਂ ਨੂੰ ਕਿਉਂ ਨਹੀਂ ਦੁਤਕਾਰਿਆ ਜਾਂਦਾ ਜਦੋਂ ਇਸ ਕਿਸਮ ਦੀ ਕੋਈ ਘਟਨਾ ਵਾਪਰਦੀ ਹੈ? ਹੱਲਾਸ਼ੇਰੀ ਲੈਣ ਦੇਣ ਵਾਸਤੇ ਸਾਰੇ ਆ ਜਾਂਦੇ, ਬਹੁਤ ਵਧੀਆ ਕੀਤਾ ਜੀ, ਬਹੁਤ ਵਧੀਆ ਕੀਤਾ। ਅੱਜ ਪੰਜਾਬ ਦਾ ਹਰੇਕ ਕੋਈ ਨਾ ਕੋਈ ਕਿਸੇ ਦੇ ਹੱਥ ਲਾ ਕੇ ਦੇਖ ਲਓ, ਕੋਈ ਨਾ ਕੋਈ ਉਹਦਾ ਕਾਲਜਾ ਬਲੂੰਦਰਾ ਪਿਆ ਹੋਊਗਾ, ਮੇਰੀ ਹੋ ਸਕਦਾ ਨਰਪਿੰਦਰ ਨਾਲ ਖੁੰਦਕ ਹੋਵੇ, ਨਰਪਿੰਦਰ ਦੀ ਹੋ ਸਕਦਾ ਮੇਰੇ ਤੋਂ ਕੋਈ ਨਾ ਕੋਈ ਭਾਵਨਾ ਹੋਵੇ, ਦੇਵੀ ਜੀ ਕਹਿ ਦੇਣ ਵੀ ਮੇਰੀ ਸੁਨੀਲ ਨਾਲ, ਫਿਰ ਦੇਵੀ ਜੀ ਕੱਲ੍ਹ ਤਲਵਾਰ ਕੱਢ ਕੇ ਮੇਰੇ ਮਗਰ ਪੈ ਜਾਣਗੇ ਜਾਂ ਮੈਂ ਤੁਹਾਡੇ ਮਗਰ ਪੈ ਜੂੰਗਾ ਸਰ। ਇਹਨੂੰ ਫਿਰ ਅੱਗੋਂ ਬੱਲੇ ਬੱਲੇ ਦੇ ਦਿਓ, ਚਾਰ ਬੰਦੇ ਬਰਾਬਰ ਖੜ ਕੇ ਜਿਹੜੇ ਸੋ ਕਾਲਡ ਲੀਡਰ ਹੈ ਚਾਹੇ ਕਿਸੇ ਸੰਸਥਾ ਦੇ ਹੈ ਉਹ ਖੜੇ ਹੋ ਗਏ ਜੀ, ਬਹੁਤ ਵੱਡਾ ਜੀ ਇਹਨਾਂ ਦੇ ਤੇ ਧੱਕਾ ਹੋਇਆ ਸੀਗਾ ਤੇ ਨੈਚੁਰਲੀ ਜੀ ਕੀ ਹੈ ਜੀ ਥੱਪੜ ਮਾਰਤਾ। ਕੰਟਰੋਲ ਕਿਵੇਂ ਹੋਊਗਾ ਜੀ ਫਿਰ ਇਸ ਚੀਜ਼ ਨੂੰ, ਜੇ ਕਾਨੂੰਨੀ ਤੌਰ ਤੇ ਨਜਿੱਠਣਾ, ਕਿਵੇਂ ਨਜਿੱਠਿਆ ਜਾਊਗਾ? ਸਖਤ ਤੌਰ ਤੇ ਕਾਰਵਾਈ ਹੋਵੇ ਸਰ, ਤੇ ਬਾਕੀ ਸਮਾਜ ਦੇ ਜਿਹੜੇ ਲੀਡਰ ਹੈ ਲੋਕਾਂ ਨੂੰ ਵੀ ਅੰਦਰ ਝਾਕਣਾ ਪਊਗਾ ਵੀ ਸਮਾਜ ਦੇ ਅੰਦਰ ਆ ਉਹ ਗੁਰੂ ਪੀਰ ਪੈਗੰਬਰਾਂ ਦੀ ਧਰਤੀ ਹੈ ਸਾਹਿਬ, ਜਿੱਥੇ ਆਪਾਂ ਸਾਰਿਆਂ ਦੇ ਭਲਾਈ ਦੀ ਅਰਦਾਸ ਕਰਦੇ ਹਾਂ, ਆਹ ਭਲਾਈ ਦੀ ਇਸ ਤਰ੍ਹਾਂ ਤਾਂ ਨਹੀਂ ਚੱਲ ਸਕਦਾ ਸਰ। ਆਹ ਜਿਹੜਾ ਜ਼ਹਿਰ ਬੀਜੋਗੇ, ਆਹ ਜਿਹੜੀ ਜ਼ਹਿਰ ਦੀ ਫਸਲ ਬੀਜੀ ਜਾ ਰਹੀ ਹੈ ਉਹ ਫਸਲ ਜ਼ਹਿਰ ਦੀ ਵੀ ਉਸੇ ਤਰ੍ਹਾਂ ਹੀ ਕੱਟੀ ਜਾਊਗੀ। ਪੰਜਾਬ ਨੇ ਮਾੜੇ ਦਿਨ ਦੇਖੇ ਹੈ, ਦੁਰਭਾਗਿਆ ਹੈ ਵੀ ਪੰਜਾਬ ਯਾਦਾਸ਼ਤ ਬੜੀ ਛੋਟੀ ਹੈ, ਭੁੱਲ ਜਾਂਦੇ ਹਾਂ ਕਿਹੜੇ ਦਿਨਾਂ 'ਚੋਂ ਆਪਾਂ ਨਿਕਲੇ ਹਾਂ। ਦੂਜੀ ਇਹਦੇ ਨਾਲ ਸਮਾਜ ਦੇ ਨਾਲ ਨਾਲ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰ, ਸਰਕਾਰ ਨਿਰਧਾਰਤ ਹੈ ਸਭ ਤੋਂ ਵੱਡਾ, ਤਾਂ ਇਸ ਗੱਲ ਦਾ ਮੈਂ ਸਮਝਦਾ ਵੀ ਅੱਜ ਮੈਂ ਮੇਰੀ ਭਾਵਨਾ ਹੋਈ ਹੈ ਵੀ ਭਗਵੰਤ ਮਾਨ ਜੀ ਕੱਲ੍ਹ ਦੇ ਆ ਗੁਆਂਢ 'ਚ ਬੈਠੇ ਜਲੰਧਰ, ਅੱਜ ਤਾਈਂ ਕੋਈ ਇੱਕ ਨਹੀਂ ਹਰੇਕ ਗੱਲ 'ਤੇ ਬਿਆਨ ਛੱਡੀ ਜਾਂਦੇ ਆ, ਕਿਕਲੀਆਂ ਗਾਈ ਜਾਂਦੇ ਆ, ਆਹ ਕੋਈ ਬਿਆਨ ਹੀ ਦੇ ਦਿੰਦੇ, ਪਰਿਵਾਰ ਦਾ ਮਾਂ ਹੀ ਪੜ ਲੈਂਦੇ, ਪਰਿਵਾਰ ਵਾਲੇ ਕਹਿੰਦੇ ਸਾਡਾ ਕੌਣ ਕਰੂਗਾ ਜੀ ਇਲਾਜ, ਕੌਣ ਕਰੂਗਾ, ਇੱਥੇ ਇਲਾਜ ਦਾ ਰੌਲਾ ਪਿਆ ਖੜਾ। ਕਿਤੇ ਹਮਦਰਦੀ ਦੇ ਝੂਟੇ ਸੱਚੇ ਮਗਰਮੱਛੀ ਆਂਸੂ ਹੀ ਬਹਾ ਦਿੰਦੇ, ਕਹਿ ਵੀ ਕਹਿ ਦਿੰਦੇ ਵੀ ਅਸੀਂ ਤਾਂ ਕਾਰਵਾਈ ਕਰਾਂਗੇ, ਪਰ ਉਹਨਾਂ ਕੋਲ ਟਾਈਮ ਹੈ ਨਹੀਂ, ਕੁਰਸੀ ਬਚਾਉਣ 'ਚ ਲੱਗੇ ਹੋਏ, ਅਤੇ ਆਹ ਉਹੀ ਸਰਕਾਰ ਹੈ ਸਾਹਿਬ। ਇਹ ਤੁਸੀਂ ਜਦੋਂ ਹਿੰਦੂਆਂ ਦੀ ਗੱਲ ਕਰਤੀ, ਮੈਂ ਹਿੰਦੂ ਸਿੱਖ ਵਾਲੇ ਗੱਲ 'ਚ ਪੈਣਾ ਨਹੀਂ ਚਾਹੁੰਦਾ, ਇਹਨੂੰ ਕ੍ਰਿਮੀਨਲ ਟਿੰਜ ਨਾ ਹੀ ਦੇਈਏ ਤਾਂ ਚੰਗਾ ਹੈ, ਕਿਉਂਕਿ ਆਹ ਉਹੀ ਸਰਕਾਰ ਹੈ ਜਿਹਨੇ ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰਾਅ ਕਰਕੇ ਖੁਦ ਭਗਵੰਤ ਮਾਨ ਜੀ ਨੇ ਟਵੀਟ ਕਰਕੇ ਕਿਹਾ ਸੀ ਵੀ ਆਹ ਮੈਂ ਹਟਾ ਲਈ, ਹੁਣ ਸੰਭਾਲ ਲਓ।
ਉਹਦੇ ਵਾਸਤੇ ਵੀ ਡਾਇਰੈਕਟ ਜ਼ਿੰਮੇਵਾਰ ਹੈ ਸਰ। ਉਹ ਵੀ ਭਗਵੰਤ ਮਾਨ ਜੀ ਦੀ ਸਰਕਾਰ ਸੀ, ਟਵੀਟ ਭਗਵੰਤ ਮਾਨ ਜੀ ਨੇ ਕੀਤਾ, ਕਿਹੜੇ ਮੂੰਹ ਨਾਲ ਜਵਾਬ ਦੇਣਗੇ ਸਰ? ਸਿਸਟਮ ਨਾਲ ਕੋਈ ਪ੍ਰਸ਼ਾਸਨ ਨਾਲ ਜਾਂ DGP ਦਾ ਕੋਈ ਗੱਲਬਾਤ ਹੋਈ? ਸਭ ਗੱਲਬਾਤ ਤਾਂ ਸਾਰਿਆਂ ਨਾਲ ਮੈਂ ਗੱਲ ਦਾ ਕੋਈ ਮਸਲਾ ਨਹੀਂ। ਮੈਂ ਤਾਂ ਪਹਿਲਾਂ ਭਗਵੰਤ ਮਾਨ ਜੀ ਆਪਣੀ ਜ਼ਿੰਮੇਵਾਰੀ ਨਿਭਾਉਣ ਸਾਹਿਬ, DGP ਨਾਲ ਤਾਂ ਗੱਲ ਉਹ ਫੜ ਲੈਣਗੇ ਜੀ, ਤੀਜਾ ਬੰਦਾ ਵੀ ਫੜਿਆ ਜਾਊਗਾ। ਬਟ ਮਸਲਾ ਤਾਂ ਉਸ ਤੋਂ ਬਹੁਤ ਡੂੰਘਾ ਸਰ, ਵੀ ਆਹ ਹਾਲਾਤ ਕਿਉਂ ਹੈ ਜੀ ਪੰਜਾਬ 'ਚ? ਆਪਣੀ ਜਣਾ ਕਿਣਾ ਉੱਠ ਕੇ ਲੋਅ ਐਂਡ ਆਰਡਰ ਹੈ ਹੀ ਨਹੀਂ ਇੱਥੇ, ਕਿਤੇ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਹੀ ਹੈ ਨਹੀਂ। ਸਰਕਾਰ ਨਰਪਿੰਦਰ ਜੀ, ਆਹ ਸਰਕਾਰ ਪਹਿਲੇ ਦਿਨ ਤੋਂ ਜਦੋਂ ਚੱਲੀ ਹੈ, ਇੱਕੋ ਇਲਜ਼ਾਮ ਇਸ 'ਤੇ ਲੱਗਦਾ ਰਿਹਾ, ਹੁਣ ਬਿਲਕੁਲ ਸੱਚ ਵੀ ਹੈ ਵੀ ਆਹ ਸਰਕਾਰ ਭਗਵੰਤ ਮਾਨ ਜੀ ਨਹੀਂ ਚਲਾ ਰਹੇ, ਦਿੱਲੀਓਂ ਚੱਲ ਰਹੀ ਹੈ। ਨੋਨ ਸਟੇਟ ਐਕਟਰ ਜਿਨ੍ਹਾਂ ਨੂੰ ਕਹਿ ਲਓ, ਹੁਣ ਤਾਂ ਇੱਥੇ ਸੀਗੇ ਨੋਨ ਸਟੇਟ ਐਕਟਰਸ, ਪਹਿਲਾਂ ਕਹਿੰਦੇ ਸੀ ਕੇਜਰੀਵਾਲ ਸਾਹਿਬ ਚਲਾ ਰਹੇ, ਹੁਣ ਕੇਜਰੀਵਾਲ ਸਾਹਿਬ ਅੰਦਰ ਗਏ ਤੇ ਉਹਨਾਂ ਦੀ ਵਾਈਫ ਘਰੋਂ ਸੁਨੀਤਾ ਜੀ ਕੇਜਰੀਵਾਲ ਉਹ ਚਲਾਉਣ ਲੱਗੇ, ਸੰਜੇ ਸਿੰਘ ਹੋਰੀ ਚਲਾ ਰਹੇ ਸੀਗੇ, ਰਾਘਵ ਚੱਡਾ ਜੇ ਚਲਾ ਰਹੇ ਸੀ, ਅੱਜ ਕੱਲ੍ਹ ਨਵੇਂ ਐਂਟਰੈਂਟ ਆਏ ਸੰਦੀਪ ਪਾਠਕ ਜੀ ਚਲਾ ਰਹੇ। ਹੁਣ ਮੈਂ ਕੁਝ ਦਿਨਾਂ ਤੋਂ ਦੇਖ ਰਿਹਾ ਜਦੋਂ ਜਲੰਧਰ ਦਾ ਕੰਮ ਚਾਲੂ ਹੈ, ਉੱਥੇ ਇਹਨਾਂ ਦਾ ਪਰਿਵਾਰ, ਦੇ ਆਰ ਆਲਸੋ ਨੋਨ ਸਟੇਟ ਐਕਟਰ ਸਾਹਿਬ। ਲੋਕ ਤਾਂ ਉੱਥੇ ਜਲੰਧਰ 'ਚ ਆਹ ਗੱਲ ਕਰੀ ਜਾਂਦੇ ਹੈ ਵੀ ਨਣਦ ਭਰਜਾਈ ਸਰਕਾਰ ਹੈ, ਉਹ ਕਹਿੰਦੇ ਬਾਈ ਜੀ ਦੀ ਸਰਕਾਰ, ਉਹ ਕਹਿੰਦੇ ਨਣਦ ਭਰਜਾਈ ਦੀ ਸਰਕਾਰ ਹੈ। ਸਭ ਰਿਸਪੋਂਸਿਬਿਲਿਟੀ ਲਓ। ਭਗਵੰਤ ਮਾਨ ਜੀ ਜਵਾਨ ਕਿਉਂ ਨਹੀਂ ਖੁੱਲੀ? ਮੈਂ ਤਾਂ ਆਪ ਪੁੱਛਣਾ ਚਾਹੁੰਦਾ, ਮੈਂ ਚੱਲਿਆ ਜਲੰਧਰ ਜਾ ਕੇ, ਮੈਂ ਉੱਥੇ ਆਹੀ ਗੱਲ ਕਰਨੀ ਹੈ। ਭਗਵੰਤ ਮਾਨ ਜੀ ਕੀ ਸਰੋਂ ਉਗਾਈ ਹੈ ਤੁਸੀਂ ਮੂੰਹ 'ਚ, ਜਿਹੜਾ ਬੋਲ ਨਹੀਂ ਸਕਦੇ, ਦੋ ਅਲਫਾਜ਼ ਹੀ ਬੋਲਦੇ ਹੋ ਪਰਿਵਾਰਾਂ ਨਾਲ, ਜਿਹੜਾ ਲੋਕਾਂ ਦੇ ਦਹਿਸ਼ਤ ਦਾ ਮਾਹੌਲ ਹੈ, ਇਕੱਲੇ ਲੁਧਿਆਣੇ 'ਚ ਨਹੀਂ ਰੁਪਿੰਦਰ ਜੀ, ਪੂਰੇ ਪੰਜਾਬ 'ਚ ਇਸ ਕਿਸਮ ਦੀ ਇੱਕ ਦਹਿਸ਼ਤ ਹੈ ਜਿਹੜੀ ਅਗਲ ਤੁਸੀਂ ਕਹਿ ਰਹੇ ਹੋ, ਲੋਕ ਵੀ ਦਵੀ ਜਵਾਨ 'ਚ ਜੀ, ਹਿੰਦੂ ਕਿੱਧਰ ਜਾਣਗੇ? ਸਭ ਆਹ ਸਾਰਿਆਂ ਦਾ ਪੰਜਾਬ, ਹਿੰਦੂ ਸਿੱਖਾਂ ਦਾ, ਸਾਡਾ ਦਲਿਤ ਭਾਈਚਾਰਾ, ਮੁਸਲਿਮ ਈਸਾਈ, ਸਾਰੇ ਇੱਥੇ ਆਪਾਂ ਸਰਬੱਤ ਦਾ ਹੈਗਾ ਸਾਹਿਬ, ਸਰਬੱਤ ਦਾ ਭਲਾ ਮੰਗਣ ਵਾਲੀ ਇੱਥੇ ਧਰਤੀ ਹੈ, ਉਹਦੇ 'ਚ ਇਸ ਕਿਸਮ ਦੀ ਗੱਲਾਂ ਆਉਣ ਲੱਗ ਜਾਣ, ਆਹ ਸਰਕਾਰ ਦੀ ਨਲਾਇਕੀ ਹੈ। ਚੱਕਰਧਰ, ਤੁਸੀਂ ਬੜੇ ਪੁਰਾਣੇ ਸੀਨੀਅਰ ਲੀਡਰ ਹੋ, ਚਾਹੇ ਇੱਕ ਹਿੰਦੂ ਚਿਹਰਾ ਹੋ, ਪਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਹਿੰਦੂ ਸਿੱਖ ਵਾਲੀ ਚੀਜ਼ ਸ਼ਾਇਦ ਇੰਨੀ ਹੈ ਨਹੀਂ ਜਿੰਨੀ ਸਾਹਮਣੇ ਆ ਜਾਂਦੀ ਆ, ਤਾਂ ਲੱਗਦਾ ਕਿ ਜੇ ਇੱਕ ਅੱਧੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਆ ਤਾਂ ਉਹਦੀ ਕੋਹ ਕਰਕੇ ਉਹਦੀ ਜੜ ਕਲੀਅਰ ਕਰ ਦਿੱਤੀ ਜਾਵੇ, ਤਾਂ ਕਿ ਜੇ ਕੋਈ ਸਿੱਖ ਦੇ ਸਾਹਮਣੇ ਖੜਾ ਹਿੰਦੂ, ਉਹਨੂੰ ਨਫ਼ਰਤ ਦੀ ਨਿਗਾਹ ਨਾਲ ਦੇਖੇ, ਸਿੱਖ ਹਿੰਦੂ ਨੂੰ ਨਾ ਦੇਖੇ, ਇਹ ਚੀਜ਼ ਨਾ ਪੈਦਾ ਹੋਵੇ ਪੰਜਾਬ 'ਚ। ਇਨਟੋਲਰੈਂਸ ਜਿਹੜੀ ਮੈਂ ਤੁਹਾਨੂੰ ਕਿਹਾ ਸਾਹਿਬ, ਕੱਲ੍ਹ ਕੋਈ ਆਇਆ ਹੋਊਗਾ ਉਹਦੀ ਭਾਵਨਾ ਉਹਨੂੰ ਠੇਸ ਲੱਗੀ ਸੀਗੀ ਜੀ, ਇਸ ਕਰਕੇ ਉਹਨੇ ਨਹੀਂ ਕਰਤਾ। ਤੁਸੀਂ ਦੇਖਿਆ ਤੁਹਾਡੇ ਸਾਹਮਣੇ ਏਅਰਪੋਰਟ 'ਤੇ ਕੀ ਹੋਇਆ, ਵੀ ਚਾਹੇ ਉਹਦੇ ਕੋਲ ਪਿਸਟਲ ਨਹੀਂ ਕੱਢਿਆ, ਉਹਨੇ ਸਿਰਫ ਹੱਥ ਥੱਪੜੀ ਚਲਾਇਆ, ਪਰ ਉਸ ਗੱਲ ਨੂੰ ਫਿਰ ਗਲੋਰੀਫਾਈ ਤਾਂ ਨਾ ਕਰੋ ਨਾ ਸਾਹਿਬ, ਜੋ ਗਲਤ ਹੈ ਗਲਤ ਹੈ, ਲੈਟ ਕਾਨੂੰਨ, ਅਗਰ ਤੁਸੀਂ ਕੋਈ ਗਲਤ ਪੋਸਟ ਪਾਈ ਹੈ, ਗਲਤ ਤੁਸੀਂ ਕਿਹਾ, ਤਾਂ ਉਹਦੀ ਕਾਨੂੰਨੀ ਕਾਰਵਾਈ ਕਰੋ। ਜੇ ਮੈਂ ਕਿਰਪਾਨ ਕੱਢ ਕੇ, ਬੰਦੂਕ ਕੱਢ ਕੇ ਛਿਤਰੋ ਛਿਤਰੀ ਹੋਣ ਲੱਗ ਜਾਂ, ਫਿਰ ਤਾਂ ਦੇਰ ਐਨਾਰਕੀ ਹੋ ਗਈ ਸਾਹਿਬ, ਦੇਸ਼ ਦੇ ਅੰਦਰ, ਮੁਲਕ ਦੇ ਅੰਦਰ ਐਨਾਰਕੀ ਹੋ ਜਾਊਗੀ।